नमस्कार, आर टीवी ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਆਰਤੀ। ਦਿਨ ਭਰ ਦੀਆਂ ਵੱਡੀਆਂ ਖਬਰਾਂ ਦੇਖਣ ਲਈ ਦੇਖਦੇ ਰਹੋ ਆਰ ਟੀਵੀ। ਟਕਸਾਲੀ ਆਗੂਆਂ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਨੇ ਕਿਹਾ ਕਿ 16 ਤਰੀਕ ਤੋਂ ਅਸੀਂ ਜਿਹੜਾ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਨਵੀਂ ਪਾਰਟੀ ਦਾ ਸਿਰਜਣ ਕਰਨ ਜਾ ਰਹੇ ਹਾਂ। ਉਹਨਾਂ ਨੇ ਕਿਹਾ ਸਾਰੇ ਹਮਖਿਆਲੀ ਲੋਕਾਂ ਨੂੰ ਨਾਲ ਲੈ ਕੇ ਅਸੀਂ ਚੱਲਾਂਗੇ। ਕਿਆ ਲੱਗਦਾ ਹੈ ਆਮ ਆਦਮੀ ਪਾਰਟੀ ਨਾਲ ਕੋਲੈਬੋਰੇਸ਼ਨ ਕਰ ਸਕਦੀ ਪੰਜਾਬ 'ਚ, ਜੋ ਇਨਪੁੱਟਾਂ ਲੱਗ ਰਹੀਆਂ ਨੇ? ਨਹੀਂ, ਆਮ ਆਦਮੀ ਪਾਰਟੀ ਦੇਖੋ ਪਹਿਲਾਂ ਵੀ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਲੱਗ ਕੇ ਪੰਜਾਬ ਦੇ ਲੋਕਾਂ ਦਾ ਸਾਥ ਲੈ ਕੇ ਸਾਰੇ ਵਲੰਟੀਅਰਸ ਨੇ, ਸਾਰੇ ਆਮ ਘਰਾਂ ਨੇ ਜਿਹੜਾ ਆਮ ਆਦਮੀ ਪਾਰਟੀ ਦਾ ਸਹਿਯੋਗ ਦਿੱਤਾ, ਸਾਥ ਦਿੱਤਾ। ਅਤੇ ਇਸ ਵੇਲੇ ਮਤਲਬ ਹਜੇ ਐਸੀ ਕੋਈ ਵਿਚਾਰ ਨਹੀਂ ਆ, ਅਤੇ ਮਤਲਬ ਮੈਨੂੰ ਨਹੀਂ ਲੱਗਦਾ ਕਿ ਕੁਛ ਐਸਾ ਹੋਊਗਾ। ਸੁਖਪਾਲ ਖਹਿਰਾ ਨੂੰ ਥ੍ਰੈਟ ਸਮਝਦੇ ਹੋ ਜਾਂ ਇਹਨਾਂ ਨੂੰ ਥ੍ਰੈਟ ਸਮਝਦੇ? 2019 ਦੇ ਵਿੱਚ ਕਿਆ ਲੱਗਦਾ ਪਹਿਲਾਂ ਵੀ ਆਮ ਆਦਮੀ ਪਾਰਟੀ ਬਿਲਕੁਲ ਇਸ ਵੇਲੇ ਪੰਜਾਬ ਮੈਟਰਸ ਆ ਲੋਟ, ਪੰਜਾਬ ਦੇ ਮੁੱਦੇ ਮੈਟਰਸ ਆ ਲੋਟ, ਕਿਸਾਨ ਕੀ ਹੰਢਾ ਰਹੇ ਨੇ ਦੈਟ ਮੈਟਰਸ, ਇਸ ਵੇਲੇ ਲਾਅ ਐਂਡ ਆਰਡਰ ਫੇਲੀਅਰ ਆ। ਅਤੇ ਇਸ ਵੇਲੇ ਦੇਖਿਆ ਜਾਵੇ ਕਿ ਜਿਹੜਾ ਸਾਡੇ ਲਈ, ਜਿਹੜੇ ਆਪਣੀਆਂ ਰੁਜ਼ਗਾਰ ਦੇ ਲਈ, ਆਪਣੀਆਂ ਨੌਕਰੀਆਂ ਦੇ ਲਈ ਜਿਹੜੇ ਪ੍ਰੋਟੈਸਟ 'ਤੇ ਬੈਠੇ ਆ, ਧਰਨੇ 'ਤੇ ਬੈਠੇ ਆ, ਉਹ ਸਾਡੇ ਲਈ ਇੰਪੋਰਟੈਂਟ ਆ। ਨਾਟ ਸੁਖਪਾਲ ਖਹਿਰਾ, ਦੇਖੋ ਅੱਜ ਅੰਮ੍ਰਿਤਸਰ ਦੇ ਵਿੱਚ ਅਸੀਂ ਇੱਕ ਸ਼ਾਂਤਮਈ ਪ੍ਰੋਟੈਸਟ, ਇੱਕ ਮਾਰਚ ਵੀ ਰੱਖਿਆ ਸੀਗਾ ਅਤੇ ਡੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਆ। ਦੇਖਿਆ ਜਾਵੇ ਤਾਂ ਪਿਛਲੇ ਜਦੋਂ ਦੀ ਸਰਕਾਰ ਬਣੀ ਹੈਗੀ ਆ, ਅਤੇ ਜਿਹੜੇ ਤਰੀਕੇ ਦੇ ਨਾਲ ਅਕਾਲੀ ਦਲ ਨੇ ਜਾਂ ਫਿਰ ਬਾਦਲ ਸਰਕਾਰ ਨੇ ਇੱਕ ਮਤਲਬ ਲੋਕਤੰਤਰ ਦਾ ਮਜ਼ਾਕ ਬਣਾਇਆ ਹੋਇਆ ਸੀਗਾ, ਅਤੇ ਲਾਅ ਐਂਡ ਆਰਡਰ ਦਾ ਮਜ਼ਾਕ ਬਣਾਇਆ ਹੋਇਆ ਸੀਗਾ। ਲਾਅ ਐਂਡ ਆਰਡਰ ਨੂੰ ਮਤਲਬ ਇੱਕ ਆਪਣੇ ਹੱਥ ਦੇ ਵਿੱਚ ਇੱਕ ਲਾਈਕ ਆ, ਜਿੱਦਾਂ ਕੋਈ ਕੰਪਨੀ ਹੋਵੇ ਉਸ ਤਰੀਕੇ ਨਾਲ ਮੇਨਟੇਨ ਕੀਤਾ ਹੋਇਆ ਸੀਗਾ। ਸੋ ਸੇਮ ਤਰੀਕੇ ਦੇ ਨਾਲ ਕੋਈ ਵੀ ਫਰਕ ਨਹੀਂ ਆ ਇਸ ਵੇਲੇ, ਅਤੇ ਜਿਹੜੀ ਪੰਜਾਬ ਗਵਰਨਮੈਂਟ ਇਸ ਵੇਲੇ, ਕਾਂਗਰਸ ਗਵਰਨਮੈਂਟ ਆ, ਉਹਨਾਂ ਹੀ ਕਦਮਾਂ 'ਤੇ ਚੱਲ ਰਹੀ ਹੈ। ਇਸ ਵੇਲੇ ਪੰਜਾਬ ਦੇ ਵਿੱਚ ਐਸੀ ਅਵਸਥਾ ਹੈ ਕਿ ਆਮ ਇਨਸਾਨ ਆ ਜਿਹੜਾ ਬਿਲਕੁਲ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਜੇ ਅਸੀਂ ਮਾਝੇ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਘਟਨਾਵਾਂ, ਜਿਵੇਂ ਪਹਿਲਾਂ ਇੱਕ ਬੰਬ ਬਲਾਸਟ ਹੋਇਆ, ਉਸ ਤੋਂ ਪਹਿਲਾਂ ਇੱਕ ਟ੍ਰੇਨ ਵਾਲੀ ਹੈਪਨਿੰਗ ਹੋ ਜਾਣੀ, ਬੇਸਿਕਲੀ ਉਸੇ ਦਾ ਹੀ ਪਾਰਟ ਆ ਕਿ ਜੇ ਲਾਅ ਐਂਡ ਆਰਡਰ ਦੀ ਜਿਹੜੀ ਆ ਅਵਸਥਾ ਆ, ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਆ, ਜੇ ਉਹ ਮੇਨਟੇਨ ਹੋਵੇ ਤਾਂ ਪੰਜਾਬ ਦਾ ਹਰ ਵਾਸੀ ਜਿਹੜਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੂਗਾ। ਸੋ ਆਉਣ ਵਾਲੇ ਸੈਸ਼ਨ ਦੇ ਵਿੱਚ ਵੀ ਅਸੀਂ ਇਸ ਮੁੱਦੇ ਨੂੰ ਲੈ ਕੇ ਜਾਵਾਂਗੇ, ਕਿਉਂਕਿ ਸਰਕਾਰ ਕੋਲ ਇੱਕ ਬੜਾ ਤਕੜਾ ਬਹਾਨਾ ਹੁੰਦਾ ਕਿ ਜਦੋਂ ਵੀ ਕੋਈ ਗੱਲ ਕਰਦੇ ਹਾਂ, ਅਸੀਂ ਕਿਸੇ ਤਨਖਾਹ ਦੀ ਗੱਲ ਕਰਦੇ ਹਾਂ ਜਾਂ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ ਜਾਂ ਅਸੀਂ ਪੰਜਾਬ ਦੇ ਵਿੱਚ ਜਿਹੜਾ ਅੱਜ ਪੰਜਾਬ ਕਰਜਈ ਹੋਇਆ ਪਿਆ ਉਹਦੀ ਗੱਲ ਕਰਦੇ ਹਾਂ, ਤਾਂ ਇੱਕ ਬਹਾਨਾ ਲਾ ਕੇ ਇੱਕ ਮੋਰੀ ਨਿਕਲ ਜਾਂਦੇ ਕਿ ਸਾਡੇ ਕੋਲ ਫੰਡਸ ਨਹੀਂ ਹੈਗੇ। ਮੇਰੇ ਖਿਆਲ ਲਾਅ ਐਂਡ ਆਰਡਰ ਇਜ਼ ਦੈਟ ਥਿੰਗ ਦੈਟ ਡਜ਼ਨਟ ਡਿਮਾਂਡ ਕਿ ਇੱਥੇ ਸਾਨੂੰ ਫੰਡਸ ਦੀ ਲੋੜ ਆ। ਲਾਅ ਐਂਡ ਆਰਡਰ ਕੀ ਡਿਮਾਂਡ ਕਰਦਾ? ਇੱਥੇ ਚੰਗੀ ਇੱਕ ਇੰਟੈਂਸ਼ਨ ਦੀ ਡਿਮਾਂਡ ਹੋ ਰਹੀ ਹੈ, ਪਰ ਸਰਕਾਰ ਜਿਹੜੀ ਹੈ ਬਿਲਕੁਲ ਵੀ ਇਸ ਬਣੀ ਧਿਆਨ ਨਹੀਂ ਦੇ ਰਹੀ। ਮੈਮ, ਤੁਸੀਂ ਰੇਲ ਹਾਦਸੇ ਦੀ ਗੱਲ ਕੀਤੀ, ਅੱਜ SIT ਦੀ ਰਿਪੋਰਟ ਆਈ ਹੈ, ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਅਤੇ ਮਿੱਟੂ ਮੈਦਾਨ ਨੂੰ ਕਲੀਨ ਚਿੱਟ ਦੇ ਦਿੱਤੀ ਗਈ, ਅਤੇ ਜਿਹੜੇ ਕਸੂਰਵਾਰ ਆ ਉਹ ਗੇਟਮੈਨ, ਡਰਾਈਵਰ ਔਰ ਪ੍ਰਸ਼ਾਸਨ ਨੂੰ ਕਰਤਾ। ਕਿਆ ਕਿਸ ਤਰ੍ਹਾਂ ਦੇਖਦੇ? ਨਹੀਂ, ਦੇਖੋ ਉਹਨਾਂ ਨੂੰ ਮੈਂ ਪਹਿਲਾਂ ਵੀ ਜਦੋਂ ਅਸੀਂ ਇੱਥੇ ਵਿਜ਼ਿਟ ਕੀਤਾ ਉਦੋਂ ਵੀ ਮੈਂ ਇਹੀ ਗੱਲ ਕੀ ਸੀਗੀ ਕਿ ਇੱਕ ਜਿਹੜਾ ਚੀਫ਼ ਗੈਸਟ ਆ ਰਿਹਾ ਆ, ਚੀਫ਼ ਗੈਸਟ ਨੂੰ ਨਹੀਂ ਪਤਾ ਹੈਗਾ ਕਿ ਇੱਥੇ ਕੀ ਮਾਹੌਲ ਜਿਹੜਾ ਸਿਰਜਿਆ ਹੋਇਆ ਆ। ਅਤੇ ਅਗਰ ਜੇ ਕਿਸੇ ਦੀ ਜ਼ਿੰਮੇਵਾਰੀ ਬਣਦੀ ਆ ਤਾਂ ਕਾਨੂੰਨ ਦੀ ਬਣਦੀ, ਉਹ ਸਰਕਾਰ ਦੀ ਬਣਦੀ ਹੈਗੀ, ਉਹ ਲਾਅ ਐਂਡ ਆਰਡਰ ਦੀ ਬਣਦੀ ਆ। ਜਿਹੜੀ ਕਿਸੇ ਵੀ ਘਟਨਾ ਦਾ ਜੋ ਜਨਮ ਹੁੰਦਾ ਆ, ਅੱਜ ਮੈਂ ਦੇਖ ਰਹੀ ਸੀ, ਪੇਪਰ ਪੜ੍ਹ ਰਹੀ ਸੀ, ਅਤੇ ਖੰਨਾ ਦੇ ਵਿੱਚ ਕਿਤੇ ਬੈਂਕ ਟਕੈਤੀ ਹੋ ਗਈ ਆ, ਕਿਤੇ ਕਿਸੇ ਗਾਰਡ ਨੂੰ ਮਾਰ ਦਿੱਤਾ ਜਾਂਦਾ ਆ, ਦਿਨ ਦਿਹਾੜੇ ਲੁੱਟਾਂ ਹੋ ਰਹੀਆਂ ਨੇ, ਦਿਨ ਦਿਹਾੜੇ ਕਿਤੇ ਚੰਗੇ ਘਰਾਂ ਦੇ ਮੁੰਡਿਆਂ ਨੂੰ, ਉਹਨਾਂ ਨੂੰ ਅਗਵਾ ਕਰਕੇ, ਉਹਨਾਂ ਤੋਂ 2-2 ਕਰੋੜ ਰੁਪਏ ਦੀ ਰਾਮਪੁਰਾ ਵਿਖੇ ਘਟਨਾ ਹੋਈ, 2 ਕਰੋੜ ਰੁਪਏ ਦੀ ਅਮਾਊਂਟ ਜਿਹੜੀ ਆ ਮੰਗੀ ਜਾ ਰਹੀ ਆ। ਮਤਲਬ ਇਹ ਸਾਰੀਆਂ ਚੀਜ਼ਾਂ ਕੀ ਨੇ? ਜਦੋਂ ਵੀ ਕਿਸੇ ਘਟਨਾ ਦਾ ਜਨਮ ਹੁੰਦਾ, ਬੇਸਿਕਲੀ ਉਹਦੇ ਪਿੱਛੇ ਲਾਅ ਐਂਡ ਆਰਡਰ ਦਾ ਫੇਲੀਅਰ ਆ। ਲਾਅ ਐਂਡ ਆਰਡਰ ਫੇਲੀਅਰ ਦੈਟ ਸਟਾਰਟਸ ਫਰੋਮ ਦਾ ਗਵਰਨਮੈਂਟ। ਜੇ ਗਵਰਨਮੈਂਟ ਦਾ ਫੇਲੀਅਰ ਆ ਤਾਂ ਗਵਰਨਮੈਂਟ ਦਾ ਫੇਲੀਅਰ ਸਾਰੀਆਂ ਘਟਨਾਵਾਂ ਨੂੰ ਜਨਮ ਦਿੰਦਾ ਆ। ਅਤੇ ਗਵਰਨਮੈਂਟ ਦਾ ਫੇਲੀਅਰ ਕਿਉਂ ਆ? ਕਿ ਗਵਰਨਮੈਂਟ ਨੇ ਇੱਕ ਸਾਰੇ ਲਾਅ ਐਂਡ ਆਰਡਰ ਨੂੰ, ਸਾਰੇ ਕਾਨੂੰਨ ਨੂੰ ਆਪਦੀ ਜੇਬ 'ਚ ਪਾਇਆ ਹੋਇਆ ਆ। ਇਹ ਚਾਹੁੰਦੇ ਹੀ ਨਹੀਂ ਹੈਗੇ ਕਿ ਇੱਕ ਚੰਗੀ ਇੰਟੈਂਸ਼ਨ ਦੇ ਨਾਲ ਲੋਕ ਭਲਾਈ ਦੇ ਲਈ, ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰਨਾ। ਇਹ ਚਾਹੁੰਦੇ ਆ ਕਿ ਇਹ ਇੱਕ ਨਿੱਜੀ ਕੰਪਨੀ ਬਣਾ ਕੇ, ਜਿਵੇਂ ਪਹਿਲਾਂ ਅਕਾਲੀ ਦਲ ਗਵਰਨਮੈਂਟ ਇੱਕ ਨਿੱਜੀ ਕੰਪਨੀ ਬਣਾ ਕੇ ਕੰਮ ਕਰਦੀ ਸੀ, ਸੇਮ ਤਰੀਕੇ ਦੇ ਨਾਲ ਇਸ ਵੇਲੇ ਕਾਂਗਰਸ ਗਵਰਨਮੈਂਟ ਲੱਗੀ ਹੋਈ ਹੈ। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ, 1 ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ, ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ, ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ, ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ। ਹਰ ਸਮੱਸਿਆ ਦਾ ਹੱਲ 101% ਗਾਰੰਟੀ ਦੇ ਨਾਲ ਕਰਾਂਗੇ। ਕਾਲੇ ਇਲਮ ਦਾ ਸਮਾਧਾਨ ਗਾਰੰਟੀ ਦੇ ਨਾਲ ਕਰਾਓ। ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ। ਸੰਪਰਕ ਕਰੋ 97817 71820।